औरत मर्द जदों सब दे सब जुम्मेवारियां सब एक दूजे दा आदर सब कुछ मुंडिया होया है, फिर जेड़ी इज्जत दी पंड है, जुम्मेवारियां दी जेड़ी इज्जत नु संभालण वाली पंड है, वो औरत दे हिस्से क्यों है? ये जेड़ी प्रधानगी दित्ती हुई है ये औरतां ने दित्ती है जी, क्योंकि औरतां कभी भी अपने हक्कां लई नहीं बोलियां। भ्रूण हत्या कदों हुंदी है? ਆਪਾਂ ਸਿਰਫ ਕਾਗਜ਼ੀ ਹੱਕ ਦਿੱਤੇ ਹੋਏ ਨੇ ਕੁੜੀਆਂ ਨੂੰ, ਕਾਗਜ਼ਾਂ 'ਚ ਜਾਂ ਗੱਲਾਂ 'ਚ ਆਪਾਂ ਬਹੁਤ ਕੁਝ ਕਹਿ ਦਿੰਦੇ ਕਿ ਕੁੜੀਆਂ ਬਰਾਬਰ ਨੇ, ਪਰ ਆਪਾਂ ਅੱਜ ਵੀ ਉਹਨਾਂ ਨੂੰ ਉਦਾਂ ਹੀ ਡਰਾ ਰਹੇ ਹਾਂ। ਪਿੰਡ ਦੀ ਸਰਪੰਚ ਜਿਹੜੇ ਦੀ ਔਰਤ ਹੋਵੇ ਨਾ, ਉਹ ਸਿਰਫ ਨਾਮ ਦੀ ਸਰਪੰਚ ਹੁੰਦੀ ਹੈ, ਫੈਸਲੇ ਉਹਦੇ ਘਰ ਵਾਲਾ ਲੈਂਦਾ, ਸਿਰਫ ਸੰਗ ਕਰਨ ਦੇ ਲਈ ਉਹਨੂੰ ਬੁਲਾਇਆ ਜਾਂਦਾ ਹੈ। ਤੁਸੀਂ ਸੁਣ ਰਹੇ ਹੋ ਰੰਗ ਐਫਐਮ। ਸਤਿ ਸ਼੍ਰੀ ਅਕਾਲ, ਖੁਸ਼ਾਮਦੀ ਦੋਸਤੋ, ਮੈਂ ਅਰਸ਼ਪ੍ਰੀਤ ਕੌਰ ਅੱਜ ਫਿਰ ਹਾਜ਼ਰ ਹਾਂ ਰੰਗ ਐਫਐਮ ਤੋਂ। ਆਸ ਕਰਦੀ ਹਾਂ ਕਿ ਤੁਸੀਂ ਸਭ ਆਪਣੇ ਘਰਾਂ ਪਰਿਵਾਰਾਂ ਵਿੱਚ ਖੈਰ ਸੁੱਖ ਵਿੱਚ ਹੋਵੋਗੇ। ਅੱਜ ਅਸੀਂ ਪਿੰਡਾਂ ਵਾਲੇ ਸ਼ੋਅ ਦੇ ਅਧੀਨ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ। ਮੇਰੇ ਨਾਲ ਹੋਣਗੇ ਗੁਰਮੀਤ ਸਿੰਘ ਜੀ ਅਤੇ ਮਨਦੀਪ ਕੌਰ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਜੀ ਆਇਆਂ ਆਖਦੀ ਹਾਂ। ਕੀ ਹਾਲ ਚਾਲ ਨੇ ਜੀ? ਵਧੀਆ ਵਧੀਆ ਮੈਮ, ਤੁਸੀਂ ਦੱਸੋ ਜੀ। ਬਹੁਤ ਵਧੀਆ ਜੀ। ਹੋਰ ਗੱਲਾਂ ਕਰਨ ਤੋਂ ਪਹਿਲਾਂ ਮੈਂ ਅੱਜ ਵਾਲਾ ਵਿਸ਼ਾ ਆਪ ਸਭ ਦੇ ਸਨਮੁਖ ਪੇਸ਼ ਕਰਨਾ ਚਾਹੁੰਦੀ ਹਾਂ। ਮੇਰਾ ਵਿਸ਼ਾ ਹੋਏਗਾ ਜੀ ਅੱਜ ਦੀ ਗੱਲਬਾਤ, ਜਿਸ ਅਧੀਨ ਅਸੀਂ ਕਰਾਂਗੇ ਕਿ ਅਜੇ ਵੀ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਦੁਰਦਸ਼ਾ ਕਿਉਂ। ਇਹ ਪ੍ਰਸ਼ਨ ਚਿੰਨ੍ਹ ਹੈ ਸਾਡੇ ਸਭ ਦੇ ਸਾਹਮਣੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਘਟਨਾਵਾਂ ਇਹੋ ਜਿਹੀਆਂ ਸੁਣ ਚੁੱਕੇ ਹਾਂ। ਪਹਿਲਾਂ ਮਨੀਪੁਰ ਵਾਲੀਆਂ ਸੁਣੀਆਂ ਨੇ, ਉਸ ਤੋਂ ਪਹਿਲਾਂ ਤਾਂ ਅਸੀਂ ਅਣਗਿਣਤ ਉਸ ਤੋਂ ਪਹਿਲਾਂ ਵੀ ਸੁਣ ਚੁੱਕੇ ਹਾਂ, ਤੇ 4 ਕੁ ਦਿਨ ਪਹਿਲਾਂ ਇੱਕ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਹੈ ਜਿਹਨੇ ਸਾਡੇ ਸਭ ਦੇ ਰੌਂਗਟੇ ਖੜੇ ਕੀਤੇ ਹੋਏ ਨੇ, ਉਹ ਸਾਰੀਆਂ ਘਟਨਾਵਾਂ ਨੂੰ ਅੱਜ ਅਸੀਂ ਇਸ ਵਿਸ਼ੇ ਦੇ ਵਿੱਚ ਕਿਉਂ ਦੇ ਅਧੀਨ ਲੈ ਕੇ ਆਵਾਂਗੇ। ਜੇ ਕਹੀਏ ਤਾਂ ਜਿਹੜੀ ਜ਼ਿੰਦਗੀ ਦੀ ਗੱਡੀ ਹੈ ਉਹ ਦੋ ਜੀਆਂ ਨਾਲ ਚੱਲਦੀ ਹੈ, ਔਰਤ ਤੇ ਮਰਦ। ਜੇ ਇੱਕ ਵੀ ਪਹੀਆ ਜਿਹੜਾ ਉਹ ਟੁੱਟ ਜਾਵੇ, ਖਰਾਬ ਹੋ ਜਾਵੇ, ਤਾਂ ਗੱਡੀ ਲੀਹ ਤੋਂ ਲੈਣ ਵਾਲੀ ਗੱਲ ਹੋ ਜਾਂਦੀ ਹੈ। ਇਹਨਾਂ ਦੋਹਾਂ ਨੇ ਹੀ ਸ੍ਰਿਸ਼ਟੀ ਅੱਗੇ ਚਲਾਉਣੀ ਹੁੰਦੀ ਹੈ, ਸਮਾਜ ਅੱਗੇ ਚਲਾਉਣਾ ਹੁੰਦਾ। ਇਹਨਾਂ ਦੋਹਾਂ ਦੇ ਆਲੇ ਦੁਆਲੇ ਹੀ ਅਣਗਿਣਤ ਰਿਸ਼ਤੇ ਨੇ ਜਿਹੜੇ ਉਹ ਘੁੰਮਦੇ ਨੇ। ਪਰ ਇੱਕ ਸਵਾਲ ਜਿਹੜਾ ਸਭ ਤੋਂ ਪਹਿਲਾਂ ਮੇਰੇ ਜ਼ਿਹਨ ਦੇ ਵਿੱਚ ਹੁਣ ਆ ਰਿਹਾ, ਮੈਂ ਉਹ ਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਔਰਤ ਮਰਦ ਜਦੋਂ ਸਭ ਨੇ ਸਭ ਜ਼ਿੰਮੇਵਾਰੀਆਂ ਸਭ ਇੱਕ ਦੂਜੇ ਦਾ ਆਦਰ ਸਭ ਕੁਛ ਮੰਗਿਆ ਹੋਇਆ, ਫਿਰ ਜਿਹੜੀ ਇੱਜ਼ਤ ਦੀ ਪੰਡ ਹੈ, ਜ਼ਿੰਮੇਵਾਰੀਆਂ ਦੀ ਜਿਹੜੀ ਇੱਜ਼ਤ ਨੂੰ ਸੰਭਾਲਣ ਵਾਲੀ ਪੰਡ ਹੈ, ਉਹ ਔਰਤ ਦੇ ਹਿੱਸੇ ਕਿਉਂ ਹੈ? ਸੋ ਇਹਦੇ ਬਾਰੇ ਜਿਹੜਾ ਮੈਂ ਸਵਾਲ ਸਭ ਤੋਂ ਪਹਿਲਾਂ ਗੁਰਮੀਤ ਜੀ ਤੁਹਾਨੂੰ ਕਰਨਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਕੁਆਰੀ ਹੁੰਦੀ ਹੈ ਤਾਂ ਪਿਓ ਤੇ ਭਰਾ ਵੱਲੋਂ ਇਹੀ ਗੱਲ ਹੁੰਦੀ ਹੈ ਕਿ ਸਾਡੀ ਇੱਜ਼ਤ ਸੰਭਾਲ ਕੇ ਰੱਖੀ, ਜਿਵੇਂ ਉਹਨੇ ਇੱਜ਼ਤ ਦੀ ਵਸੀਅਤ ਕਰਾਈ ਹੋਵੇ, ਸਿਰਫ ਇਹ ਕੰਮ ਉਸੇ ਦਾ ਹੀ ਹੋਵੇ ਇਹਨੂੰ ਸੰਭਾਲ ਕੇ ਰੱਖਣਾ, ਤੇ ਜਦੋਂ ਉਹਦਾ ਵਿਆਹ ਹੋ ਜਾਂਦਾ ਹੈ ਤਾਂ ਫਿਰ ਅਗਲੇ ਘਰ ਦੀ ਗੱਲ ਆ ਜਾਂਦੀ ਹੈ ਕਿ ਤੂੰ ਇਹ ਇੱਜ਼ਤ ਨੂੰ ਸੰਭਾਲ ਕੇ ਰੱਖਣਾ, ਤਾਂ ਉਹ ਆਪ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਗੁਆਚ ਜਾਂਦੀ ਹੈ। ਸੋ ਜਿਹੜੀ ਇਹ ਪੰਡ ਹੈ, ਇਹ ਔਰਤ ਕੱਲੀ ਦੇ ਸਿਰ ਤੇ ਕਿਉਂ, ਇਹ ਉਹਦੇ ਮੋਢਿਆਂ ਤੇ ਕਿਉਂ? ਸੋ ਤੁਸੀਂ ਇੱਕ ਮਰਦ ਹੋਣ ਦੇ ਨਾਤੇ ਇਹਦਾ ਜਵਾਬ ਜ਼ਰੂਰ ਦਿਓ। ਹਾਂਜੀ ਅਰਸ਼ਪ੍ਰੀਤ ਮੈਮ, ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਹੁਣ ਵੀ ਉਹ ਪੁਰਾਣੇ ਸਮਿਆਂ ਵਾਲੀਆਂ ਗੱਲਾਂ ਜਿੱਦਾਂ ਉਹ ਕਿਉਂ ਕਿ ਮਰਦ ਅਜੇ ਵੀ ਭਾਵੇਂ ਪ੍ਰਧਾਨ ਆ, ਮਰਦ ਆਪਾਂ ਇਹ ਨਹੀਂ ਸਮਝਦੇ ਕਿ ਮਰਦ ਪ੍ਰਧਾਨ ਨਹੀਂ ਆ, ਪਰ ਆਪਾਂ ਪੁਰਾਣੇ ਸਮੇਂ ਤੇ ਇਹ ਸਮਝਦੇ ਸੀ ਕਿ ਇਹ ਲੋਕ ਪੜ੍ਹੇ ਲਿਖੇ ਨਹੀਂ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਆ, ਉਹਨਾਂ ਨੂੰ ਪਤਾ ਨਹੀਂ ਹੈ, ਤਾਂ ਔਰਤਾਂ ਨੂੰ ਪੜ੍ਹਾਇਆ ਵੀ ਨਹੀਂ ਜਾਂਦਾ ਸੀਗਾ, ਤਾਂ ਸਿਰਫ ਮਰਦਾਂ ਨੂੰ ਜ਼ਿਆਦਾ ਇਹ ਸੀਗਾ ਕਿ ਹਾਂ ਉਹੀ ਪੜ੍ਹਨ। ਪਰ ਹੁਣ ਤਾਂ ਆਪਾਂ ਬਹੁਤ ਪੜ੍ਹ ਲਿਖ ਚੁੱਕੇ ਹਾਂ, ਆਪਾਂ ਹਰ ਕੰਧ ਤੇ ਲਿਖਿਆ ਹੁੰਦਾ ਬੇਟੀ ਪੜ੍ਹਾਓ ਬੇਟੀ ਬਚਾਓ, ਜਾਂ ਆਪਾਂ ਕਿਹਾ ਹੁੰਦਾ ਕਿ ਹਾਂ ਬੇਟੀਆਂ ਜਿਹੜੀਆਂ ਉਹ ਮੁੰਡਿਆਂ ਦੇ ਬਰਾਬਰ ਹੈ, ਬਰਾਬਰ ਦੀ ਜਾਇਦਾਦ ਦੀਆਂ ਮਾਲਕ ਹੈ, ਪਰ ਫਿਰ ਵੀ ਸੋਚ ਆਪਾਂ ਫਿਰ ਵੀ ਅੱਜ ਵੀ ਉਹੀ ਰੂੜੀਵਾਦੀ ਸੋਚ ਲੈ ਕੇ ਚੱਲ ਰਹੇ ਹਾਂ, ਤਾਂ ਇਹ ਸੋਰੀ ਮੈਂ ਤੁਹਾਨੂੰ ਵਿੱਚ ਦੀ ਟੋਕ ਰਹੀ ਹਾਂ ਜੀ, ਮੈਂ ਕੁਛ ਇਹਦੇ ਰਿਲੇਟਡ ਇੱਕ ਸਵਾਲ ਕਰਨਾ ਚਾਹੁੰਦੀ। ਇਹ ਜਿਹੜੀ ਪ੍ਰਧਾਨਗੀ ਦਿੱਤੀ ਹੋਈ ਹੈ ਇਹ ਔਰਤਾਂ ਨੇ ਦਿੱਤੀ ਹੈ ਜੀ, ਕਿਉਂਕਿ ਔਰਤਾਂ ਕਦੀ ਵੀ ਆਪਣੇ ਹੱਕਾਂ ਲਈ ਨਹੀਂ ਬੋਲੀਆਂ। ਭਰੂਣ ਹੱਤਿਆ ਕਦੋਂ ਹੁੰਦੀ ਹੈ? ਔਰਤਾਂ ਦੇ ਗਰਭ ਤੋਂ ਹੀ ਕਰਵਾਈ ਜਾਂਦੀ ਹੈ ਨਾ, ਜੇ ਉਦੋਂ ਹੀ ਖੜੀਆਂ ਹੁੰਦੀਆਂ ਧੀਆਂ ਦੇ ਲਈ ਤਾਂ ਅੱਜ ਸ਼ਾਇਦ ਇਹ ਨੌਬਤ ਆਉਂਦੀ ਨਾ।
ਬਿਲਕੁਲ ਬਿਲਕੁਲ ਮੈਮ ਤੁਹਾਡੀ ਸਹੀ ਗੱਲ ਹੈ ਕਿ ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਚੱਲਦੀ, ਕਈ ਜਗ੍ਹਾ ਤੇ ਜਿਵੇਂ ਇੱਥੇ ਕੱਲੀ ਔਰਤ ਦੀ ਵੀ ਜ਼ਿੰਮੇਵਾਰੀ ਨਹੀਂ ਹੁੰਦੀ, ਔਰਤ ਤੇ ਮਰਦ, ਇਹ ਬੱਚਾ ਕੱਲਾ ਔਰਤ ਦਾ ਨਹੀਂ ਹੁੰਦਾ, ਬਿਲਕੁਲ ਜੀ ਬਿਲਕੁਲ, ਔਰਤ ਮਰਦ ਦੋਨੋਂ ਹੀ ਜੇ ਸਟੈਂਡ ਲੈਣ ਤਾਂ ਕਿਸੇ ਤੀਸਰੇ ਦੀ ਹਿੰਮਤ ਨਹੀਂ ਹੁੰਦੀ ਕਿ ਉੱਥੇ ਅਬੋਰਸ਼ਨ ਹੋ ਜੇ, ਉੱਥੇ ਭਰੂਣ ਹੱਤਿਆ ਹੋ ਜੇ। ਮੈਂ ਇੱਥੇ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ, ਇਹ ਅਸਲੀਅਤ ਹੈ। ਬਹੁਤ ਪੜ੍ਹੀ ਲਿਖੀ ਕੁੜੀ, PhD ਕੀਤੀ ਹੋਈ, ਲਾਸਟ ਉਹਦੀ ਸਬਮਿਸ਼ਨ ਚੱਲ ਰਹੀ ਸੀ ਤਾਂ ਮੈਂ ਆਲਮੋਸਟ ਉਹਨੂੰ ਡਨ ਹੀ ਸਮਝੂਗੀ। ਔਰ ਉਹਦਾ ਹਸਬੈਂਡ ਵੀ ਜੋਬ ਕਰ ਰਿਹਾ ਹੈ, ਬਹੁਤ ਵਧੀਆ ਜੋਬ ਤੇ ਹੈ ਉਹ। ਪਹਿਲਾਂ ਬੱਚੀ ਸੀ ਉਹਨਾਂ ਦੇ ਇੱਕ, ਫਿਰ ਉਹਨੂੰ ਅਬੋਰਸ਼ਨ ਦੇ ਲਈ ਬਹੁਤ ਇੰਪੋਜ਼ ਕੀਤਾ ਗਿਆ, ਉਹ ਨਹੀਂ ਮੰਨੀ। ਲਾਸਟ ਤੇ ਉਹਦੀ ਜਦੋਂ ਬੱਚੀ ਦਾ ਜਨਮ ਹੋ ਜਾਂਦਾ, ਉਹਦੀ ਹਾਲਤ ਹੀ ਪਰਿਵਾਰ ਵੱਲੋਂ ਕੁਛ ਇਹੋ ਜਿਹੀ ਕਰ ਦਿੱਤੀ ਜਾਂਦੀ ਹੈ ਕਿ ਉਹ 6 ਮਹੀਨੇ ਉਹਨੂੰ, ਕੁੜੀ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਕਿੱਥੇ ਹਾਂ। ਉਹ ਇੰਨੇ ਕੁ ਬੁਰੀ ਹਾਲਤ ਦੇ, ਵਰਸਟ ਡਿਪਰੈਸ਼ਨ ਦੇ ਵਿੱਚੋਂ ਗੁਜ਼ਰੀ ਹੈ। ਸੋ ਇੱਥੇ ਕੱਲੀ ਔਰਤ ਦੀ ਵੀ ਨਹੀਂ ਕੋਈ ਜ਼ਿੰਮੇਵਾਰੀ, ਕੱਲੇ ਮਰਦ ਦੀ ਵੀ ਨਹੀਂ, ਇਹ ਮਿਲ ਕੇ ਗੱਡੀ ਚੱਲਣੀ ਹੈ। ਕੋਈ ਵੀ ਹੈ ਬਿਲਕੁਲ ਚੱਲੂਗੀ, ਇਹ ਇਕੱਲੇ ਨਾਲ ਨਹੀਂ ਚੱਲੂਗੀ। ਹਾਂਜੀ ਗੁਰਮੀਤ ਸਰ, ਚਲੋ ਜੀ ਤੁਸੀਂ ਧੀਆਂ ਦੀ ਸੋਚ ਆਪਾਂ ਸ਼ੁਰੂ ਤੋਂ ਏਦਾਂ ਦੀ ਬਣਾ ਦਿੰਦੇ ਹਾਂ ਕਿ ਡਰਾਉਣ ਲੱਗ ਜਾਂਦੇ ਹਾਂ ਆਪਾਂ। ਹਾਂ ਮੁੰਡੇ ਆ ਤੇ ਇਹ ਖੁੱਲ ਕੇ ਹਰ ਇੱਕ ਕੰਮ ਕਰ ਸਕਦੇ ਨੇ, ਧੀਆਂ ਨੂੰ ਸ਼ੁਰੂ ਤੋਂ ਕੌਣ ਡਰਾਉਂਦਾ? ਹਮੇਸ਼ਾ ਆਪਾਂ ਦੇਖਦੇ ਹਾਂ ਕਿ ਧੀਆਂ ਬਾਪ ਦੇ ਬਹੁਤ ਕਲੋਜ਼ ਹੁੰਦੀਆਂ, ਪਰ ਮਾਂ ਦੇ ਵੱਲੋਂ ਇਹ ਚੀਜ਼ਾਂ ਭਰੀਆਂ ਜਾਂਦੀਆਂ ਕਿ ਨਹੀਂ ਇਹ ਧੀ ਆ, ਇਹਨੇ ਬਗਾਨੇ ਘਰ ਜਾਣਾ। ਇਹ ਜੇ ਦੋਨਾਂ ਵੱਲੋਂ ਇਹ ਸ਼ਿਕਸ਼ਾ ਆਪਾਂ ਨੂੰ ਦਿੱਤੀ ਜਾਵੇ ਕਿ ਹਾਂ ਧੀ ਵੀ ਪੁੱਤਾਂ ਵਾਂਗ ਹੀ ਹੈ, ਜੇ ਦੋਵਾਂ ਨੂੰ ਬਰਾਬਰ ਲੈ ਕੇ ਚੱਲੀਏ ਤੇ ਸ਼ਾਇਦ ਇਹ ਨੌਬਤ ਨਾ ਆਵੇ। ਜੇ ਦੋਵਾਂ ਨੂੰ ਬਰਾਬਰ ਦਾ ਪਿਆਰ ਮਿਲੂਗਾ ਤਾਂ ਮੈਨੂੰ ਨਹੀਂ ਲੱਗਦਾ ਏਦਾਂ ਦੀ ਨੌਬਤ ਆਏਗੀ ਕਿ ਧੀਆਂ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਕੋਈ ਗਲਤ ਸਟੈਪ ਚੱਕਣ। ਬਿਲਕੁਲ ਮੈਮ ਤੁਹਾਡੀ ਸਹੀ ਗੱਲ ਹੈ ਇਹ ਚ, ਪਰ ਇਹ ਆ ਵੀ ਆਪਾਂ ਸਿਰਫ ਕਾਗਜ਼ੀ ਹੱਕ ਦਿੱਤੇ ਹੋਏ ਨੇ ਕੁੜੀਆਂ ਨੂੰ, ਕਾਗਜ਼ਾਂ ਚ ਜਾਂ ਗੱਲਾਂ ਚ ਆਪਾਂ ਬਹੁਤ ਕੁਛ ਕਹਿ ਦਿੰਦੇ ਕਿ ਕੁੜੀਆਂ ਬਰਾਬਰ ਨੇ, ਪਰ ਆਪਾਂ ਅੱਜ ਵੀ ਉਹਨਾਂ ਨੂੰ ਓਦਾਂ ਹੀ ਡਰਾ ਰਹੇ ਹਾਂ। ਕਿਸੇ ਆਪਾਂ ਫੈਸਲੇ ਦੇ ਵਿੱਚ ਆਪਾਂ ਘਰ ਚ ਆਪਣੇ ਘਰਾਂ ਚ ਲੈ ਲਈਏ ਜਾਂ ਕਿਸੇ ਵੀ ਘਰ ਚ ਲੈ ਲਈਏ ਤਾਂ ਕੁੜੀਆਂ ਤੋਂ ਕੋਈ ਵੀ ਆਪਾਂ ਫੈਸਲਾ ਕਰਨਾ, ਆਪਾਂ ਘਰ ਚ ਹੀ ਕੋਈ ਕੰਮ ਕਰਨਾ ਤਾਂ ਆਪਾਂ ਕੁੜੀਆਂ ਨੂੰ ਫਿਰ ਵੀ ਨਹੀਂ ਬੁਲਾਉਂਦੇ, ਸਿਰਫ ਇੱਜ਼ਤਾਂ ਵੇਲੇ ਕੁੜੀਆਂ ਅੱਗੇ ਆ ਜਾਂਦੀਆਂ, ਜਾਂ ਜਦੋਂ ਜੇ ਕੋਈ ਹਿੱਸਾ ਹੈ ਘਰ ਚ ਹਿੱਸਾ ਹੈ ਜਾਂ ਘਰ ਜਾਇਦਾਦ ਦਾ ਮਾਲਕ ਹੈ ਕੁਛ ਵੀ ਹੈ ਤਾਂ ਉਹ ਮੁੰਡਾ ਹੈ। ਜੇ ਕੋਈ ਉਹ ਕੋਈ ਕਾਲਖੀ ਕਰਕੇ ਆ ਗਿਆ, ਮੂੰਹ ਕਾਲਖੀ ਲੈ ਕੇ ਆ ਗਿਆ ਮੁੰਡਾ, ਤਾਂ ਉਦੋਂ ਆਪਾਂ ਚਿੱਟੇ ਕੁੜਤੇ ਪਜਾਮੇ ਪਾ ਕੇ ਉਹਦੇ ਨਾਲ ਥਾਣੇ 'ਚ ਜਾਂਦੇ ਹਾਂ ਵੀ ਇਹ ਤਾਂ ਮੁੰਡਾ ਹੈ ਬਾਈ ਸਾਡਾ, ਠੀਕ ਹੈ। ਜਦੋਂ ਕੁੜੀ ਨੇ ਕੋਈ ਗਲਤੀ ਕਰਤੀ ਉੱਥੇ ਆਪਾਂ ਪਿੱਛੇ ਹਟ ਦੇਣਾ ਵੀ ਸਾਡੀ ਕੁੜੀ ਨੇ ਇਹ ਕੀ ਕਰਤਾ, ਤਾਂ ਇਹ ਨਹੀਂ ਹੋਣਾ ਚਾਹੀਦਾ। ਹਾਂਜੀ ਉੱਥੇ ਗੁਰਮੀਤ ਜੀ, ਉੱਥੇ ਇਹ ਗੱਲ ਆ ਜਾਂਦੀ ਹੈ ਕਿ ਇਹ ਮੁੰਡਾ ਹੈ, ਮੁੰਡੇ ਤਾਂ ਇਹੋ ਜਿਹਾ ਕੁਛ ਮੁੰਡਿਆਂ ਵੱਲੋਂ ਚਲੋ ਕੀਤਾ ਜਾਂਦਾ ਹੈ, ਉਹਨੂੰ ਜ਼ਮਾਨੇ ਦਾ ਨਾਮ ਦੇ ਕੇ ਉਹ ਸਾਰੀਆਂ ਚੀਜ਼ਾਂ ਸਹੀ ਠਹਿਰਾ ਦਿੱਤੀਆਂ ਜਾਂਦੀਆਂ ਨੇ, ਤੇ ਜ਼ਮਾਨੇ 'ਚ ਕੌਣ ਨੇ? ਆਪਾਂ ਲੋਕ ਇਹ ਜ਼ਮਾਨੇ 'ਚ, ਸਾਡੇ ਨਾਲ ਹੀ ਤਾਂ ਜ਼ਮਾਨਾ ਬਣਦਾ ਹੈ ਮੁੰਡੇ ਨਾ ਜੀ। ਜੇ ਬਰਾਬਰ ਦਾ ਹੱਕ ਜੇ ਤੁਸੀਂ ਦਿੱਤਾ ਹੈ ਨਾ, ਫਿਰ ਕਾਗਜ਼ੀ ਨਾ ਰੱਖੋ, ਹਕੀਕਤ ਦੇ ਵਿੱਚ ਵੀ ਦਿਖਾਓ। ਬਿਲਕੁਲ ਜੀ ਬਿਲਕੁਲ। ਇੱਥੇ ਮੈਂ ਦੋ ਲਾਈਨਾਂ ਜਿਹੜੀਆਂ ਉਹ ਸਾਂਝੀਆਂ ਕਰਨਾ ਚਾਹੁੰਦੀ ਹਾਂ ਗੁਰਮੀਤ ਜੀ, ਤੁਹਾਡੀ ਗੱਲ ਦੇ ਨਾਲ ਹੀ ਸੰਬੰਧਿਤ ਨੇ। ਮੁੰਡਾ ਕਰੇ ਤਾਂ ਖੁੱਲ ਆਜ਼ਾਦੀ, ਮੁੰਡਾ ਕਰੇ ਤਾਂ ਖੁੱਲ ਆਜ਼ਾਦੀ, ਕੁੜੀ ਕਰੇ ਤਾਂ ਰੌਲਾ ਏ। ਹਰ ਕੋਈ ਖੁਦ ਨੂੰ ਚੰਗਾ ਸਮਝੇ, ਹਰ ਕੋਈ ਖੁਦ ਨੂੰ ਚੰਗਾ ਸਮਝੇ, ਪਰ ਅੰਦਰੋਂ ਅੱਗ ਦਾ ਗੋਲਾ ਏ, ਪਰ ਅੰਦਰੋਂ ਅੱਗ ਦਾ ਗੋਲਾ ਏ। ਸੋ ਇੱਥੇ ਜੇ ਕੋਈ ਮੁੰਡਾ ਕਰੇ ਤਾਂ ਆਜ਼ਾਦੀ ਹੈ ਜੀ, ਖੁੱਲ ਹੈ, ਤੇ ਜੇ ਕੁੜੀ ਕਰੇ ਤਾਂ ਫਿਰ ਸਾਰਿਆਂ ਵੱਲੋਂ ਹੀ ਫਿਰ ਲਾਣਤਾਂ ਪਾਈਆਂ ਜਾਂਦੀਆਂ ਨੇ, ਖੇ ਪਾਈ ਜਾਂਦੀ ਹੈ। ਸੋ ਹਾਂਜੀ ਬਿਲਕੁਲ ਬਿਲਕੁਲ ਮੈਮ, ਪਤਾ ਫਿਰ ਆਪਾਂ ਕਹੀਏ ਵੀ ਨਾ, ਜੇ ਆਪਾਂ ਸਹੀ ਨਹੀਂ ਜਾਂ ਆਪਾਂ ਕੁਛ ਵੀ ਹੈ, ਫਿਰ ਆਪਾਂ ਕਹੀਏ ਵੀ ਨਾ ਵੀ ਅਸੀਂ ਧੀ ਨੂੰ ਬਰਾਬਰ ਹੱਕ ਦੇਤਾ, ਆਪਾਂ ਕਹਿ ਦਈਏ ਵੀ ਅਸੀਂ ਨਹੀਂ ਦਿੱਤਾ, ਉੱਥੇ ਲੈ ਕੇ ਚੱਲੋ ਕਿ ਅਸੀਂ ਧੀਆਂ ਨੂੰ ਉਹੀ ਹੱਕ ਨਹੀਂ ਦਿੱਤੇ ਗਏ। ਅਸੀਂ ਧੀਆਂ ਨੂੰ ਅੱਜ ਵੀ ਜਿੱਦਾਂ ਪੁਰਾਣੇ ਸਾਡੇ ਬਜ਼ੁਰਗ ਰੱਖਦੇ ਸੀ, ਸਾਡੇ ਦਾਦੇ ਪੜਦਾਦੇ, ਤਾਂ ਅਸੀਂ ਉੱਦਾਂ ਹੀ ਰੱਖ ਰਹੇ ਹਾਂ। ਫਿਰ ਅਸੀਂ ਪੜ੍ਹੇ ਲਿਖੇ ਨਹੀਂ ਅਖਵਾ ਸਕਦੇ ਉੱਥੇ ਕਿ ਅਸੀਂ ਪੜ੍ਹੇ ਲਿਖੇ ਹਾਂ ਜਾਂ ਸਾਡੀਆਂ ਭੈਣਾਂ ਧੀਆਂ ਨੂੰ ਸਾਡੀਆਂ ਨੂੰ ਉਹਨਾਂ ਨੂੰ ਬਰਾਬਰ ਹੱਕ ਨੇ। ਜੋ ਵੀ ਆ ਘਟਨਾ ਹੋਈ ਹੈ ਪਿੱਛੇ ਜੇ ਆਪਾਂ ਦੇਖਿਆ ਤਾਂ ਇਹ ਬੇਹੱਦ, ਮੈਂ ਕਹਿੰਦਾ ਕੁੜੀ ਵੱਲੋਂ ਗਲਤ ਕੀਤਾ ਗਿਆ, ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਗਲਤੀ ਨਹੀਂ ਸੀ, ਕੁੜੀ ਦੀ ਵੀ ਗਲਤੀ ਸੀ, ਪਰ ਉੱਥੇ ਬਿਲਕੁਲ ਮਾਰਨਾ ਕੁੜੀ। ਇੱਥੇ ਇੱਕ ਗੁਰਮੀਤ ਜੀ ਇਹ ਵੀ ਸਵਾਲ ਹੈ ਕਿ ਕੁੜੀ ਨੇ ਗਲਤ ਕਿਉਂ ਕੀਤਾ? ਉਹ 19 ਸਾਲ ਦੀ ਸੀ, ਕਿਉਂਕਿ ਇੱਥੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਇਹੋ ਜਿਹੀ ਉਮਰ ਹੁੰਦੀ ਹੈ ਜਿਹਨੂੰ ਅਸੀਂ ਟੀਨੇਜ ਕਹਿ ਦਿੰਦੇ ਹਾਂ, ਅੱਲੜ ਉਮਰ ਕਹਿ ਦਿੰਦੇ ਹਾਂ, ਅਡੋਲੋਸੈਂਟ ਪੀਰੀਅਡ ਕਹਿ ਦਿੰਦੇ ਹਾਂ, ਕਿਸ਼ੋਰ ਅਵਸਥਾ ਕਹਿ ਦਿੰਦੇ ਹਾਂ। ਉਹਦੇ ਵਿੱਚ ਇੱਕ ਕੁੜੀ ਦੇ ਵੀ ਇੱਕ ਮੁੰਡੇ ਦੇ ਵੀ ਸਰੀਰਕ, ਮਾਨਸਿਕ, ਭਾਵਨਾਤਮਕ, ਨੈਤਿਕ ਬਹੁਤ ਬਦਲਾਅ ਆਉਂਦੇ ਨੇ। ਜੋ ਜਿਹੜਾ ਪਰਿਵਾਰ ਉਹਦੇ ਉਹਨਾਂ ਬਦਲਾਵਾਂ ਨੂੰ ਸਵੀਕਾਰ ਕਰ ਲੈਂਦਾ,
ਉਹਦੇ ਉਹਨਾਂ ਬਦਲਾਅ ਨੇ ਜਿਹੜੇ ਉਹਨਾਂ ਦੇ ਨਾਲ ਉਹ ਐਡਜਸਟ ਕਰ ਲੈਂਦਾ ਹੈ, ਸਮਾਯੋਜਨ ਕਰ ਲੈਂਦਾ ਹੈ, ਤਾਂ ਉਹ ਬੱਚੇ ਕਦੀ ਖਰਾਬ ਨਹੀਂ ਹੁੰਦੇ। ਉਹ ਬੱਚੇ ਆਪਣੀ ਕੋਈ ਵੀ ਗੱਲ ਹੈ ਉਹ ਮਾਪਿਆਂ ਨਾਲ ਸਾਂਝੀ ਕਰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਦੋਸਤ ਬਣਨਾ ਚਾਹੀਦਾ ਹੈ ਉਸ ਅਵਸਥਾ ਦੇ ਵਿੱਚ। ਉੱਥੇ ਇੱਕ ਪਿਆਰ ਦੀ ਲੋੜ ਹੁੰਦੀ ਹੈ, ਜਿੱਥੇ ਬੱਚੇ ਨੂੰ ਪਿਆਰ ਮਿਲੂ, ਅਟਰੈਕਸ਼ਨ ਮਿਲੂ, ਉਹ ਉੱਥੇ ਜਾਊਗਾ ਹੀ। ਉਹਨੂੰ ਨਹੀਂ ਪਤਾ ਮੇਰੇ ਲਈ ਕੀ ਸਹੀ ਹੈ, ਮੇਰੇ ਲਈ ਕੀ ਗਲਤ ਹੈ। ਤੁਸੀਂ ਸਕੂਲ ਦੇ ਵਿੱਚੋਂ ਤੁਸੀਂ ਇਸ ਅਵਸਥਾ ਨੂੰ ਜ਼ਿਆਦਾ ਵਧੀਆ ਤਰ੍ਹਾਂ ਬਿਆਨ ਸਕਦੇ ਹੋ। ਹਾਂਜੀ ਹਾਂਜੀ ਬਿਲਕੁਲ, ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਬੱਚੇ ਬਾਹਰ ਜਾ ਕੇ ਉਹ ਰਹੇ ਨੇ ਆਪਣੇ ਘਰ ਨੂੰ ਛੱਡ ਕੇ, ਘਰ ਚ ਉਹਨੂੰ ਉਹ ਚੀਜ਼ ਕਿਉਂ ਨਹੀਂ ਮਿਲ ਰਹੀ, ਆਪਾਂ ਘਰ ਚ ਉਹਨੂੰ ਪਿਆਰ ਨਹੀਂ ਮਿਲ ਰਿਹਾ, ਤਾਂ ਇਹ ਚੀਜ਼ਾਂ 'ਚ ਸੋਚਣ ਦੀ ਲੋੜ ਆਪਾਂ ਨੂੰ ਕਿ ਬੱਚੇ ਨੂੰ ਘਰ ਚੋਂ ਕੀ ਨਹੀਂ ਮਿਲ ਰਿਹਾ, ਕਿ ਉਹਨੂੰ ਬਾਹਰ ਚੰਗਾ ਲੱਗ ਰਿਹਾ ਬੱਚੇ ਨੂੰ। ਇਸੇ ਲਈ ਕਿ ਉੱਥੇ ਹੁਣ ਲੋਕ ਇਹ ਹੈ ਵੀ ਕਹਿ ਰਹੇ ਨੇ ਕਿ ਹਾਂ ਉਹਨੇ ਕੁੜੀ ਨੇ ਗਲਤ ਕੀਤਾ, ਉਹ ਬਾਹਰ ਗਈ, ਪਰ ਉਹ ਗਈ ਕਿਉਂ? ਉੱਥੇ ਆਪਣਾ ਇੱਕ ਕੁਐਸਚਨ ਬਣਦਾ, ਕਿਉਂ ਕਿਉਂ ਗਈ, ਉਹਨੇ ਇਹ ਸਟੈਪ ਕਿਉਂ ਚੱਕਿਆ? ਪਰ ਲੋਕ ਕਈ ਉੱਥੇ ਵਿਦਵਾਨ ਨੇ, ਮੈਂ ਕਹਿਣਾ ਬਹੁਤ ਆਪਣੇ ਤੋਂ ਸੂਝਵਾਨ ਨੇ ਉਹ ਬੰਦੇ ਜਿਹੜੇ ਉੱਥੇ ਲਿਖਣ ਆਉਂਦੇ ਨੇ ਜਾਂ ਕਮੈਂਟ ਕਰਨ ਆਉਂਦੇ ਨੇ। ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ, ਪਰ ਮੇਰਾ ਇੱਕ ਉਹਨਾਂ ਨੂੰ ਕੁਐਸਚਨ ਹੈ ਕਿ ਕੀ ਤੁਸੀਂ ਇਹ ਸਮਝਦੇ ਹੋ ਵੀ ਆਪਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ, ਉਹਨਾਂ ਨੂੰ ਜਾਗਰੂਕ ਕਰਨ ਨਾਲੋਂ ਜਾਂ ਬੇਟੀਆਂ ਨਾਲ ਆਪਾਂ ਨੂੰ ਹਰੇਕ ਗੱਲ ਸਾਂਝੀ ਕਰਨ ਦੇ ਨਾਲੋਂ ਉਹਨਾਂ ਨੂੰ ਮਾਰਨਾ ਇੱਕ ਸਹੀ ਸਟੈਪ ਹੈ? ਕਿ ਹੁਣ ਆਪਾਂ ਬੇਟੀਆਂ ਨੂੰ ਪਹਿਲਾਂ ਹੀ ਡਰਾਉਣ ਧਮਕਾਉਣ ਕਰਕੇ ਤਾਂ ਉਹ ਬੇਟੀ ਨੇ ਇਹ ਸਟੈਪ ਚੱਕਿਆ? ਤੁਸੀਂ ਇਹ ਗੱਲ ਨੂੰ ਸਮਝੋ ਕਿ ਉਹ ਇੱਕ ਬਾਪ ਤੋਂ ਡਰੀ ਹੋਈ ਸੀ ਜਾਂ ਹਨਾ, ਤਾਂ ਉਹਨੇ ਇਹ ਸਟੈਪ ਚੱਕਿਆ ਕਿਉਂਕਿ ਉਹ ਘਰ ਚੋਂ ਜਾਂ ਮਾਹੌਲ ਨਹੀਂ ਸੀ ਜਾਂ ਕੁਛ ਵੀ ਨਹੀਂ ਸੀ। ਪਰ ਹੁਣ ਆਪਾਂ ਉੱਥੇ ਕਮੈਂਟ ਜੇ ਇਹ ਦੇਵਾਂਗੇ ਕਿ ਨਹੀਂ ਉਹਨੂੰ ਮਾਰਨਾ ਸਹੀ ਹੈ, ਤਾਂ ਫਿਰ ਕੀ ਆਪਾਂ ਬੇਟੀਆਂ ਨੂੰ ਹੁਣ ਲਿਖਾ ਪੜ੍ਹਾ ਲਿਖਾ ਕੇ ਨਹੀਂ, ਜਾਂ ਉਹਨਾਂ ਨੂੰ ਨੌਲੇਜ ਦੇ ਕੇ, ਜਾਂ ਆਪਾਂ ਉਹਨਾਂ ਨੂੰ ਜਾਗਰੂਕ ਕਰਕੇ, ਜਾਂ ਉਹਨਾਂ ਨੂੰ ਪਿਆਰ ਦੇ ਕੇ, ਜਾਂ ਉਹਨਾਂ ਨਾਲ ਸਲਾਹ ਕਰਕੇ ਨਹੀਂ ਆਪਾਂ ਠੀਕ ਕਰਾਂਗੇ, ਆਪਾਂ ਉਹਨਾਂ ਨੂੰ ਮਾਰ ਕੇ ਠੀਕ ਕਰਾਂਗੇ। ਇਹ ਕਿੱਥੋਂ ਦੀ ਆਪਾਂ ਪੜ੍ਹੇ ਲਿਖੇ ਹੋ ਗਏ ਜੀ? ਇੰਨੀ ਸੋਚ ਆਪਣੀ ਬਰੋਡ ਹੋ ਗਈ ਕਿ ਆਪਾਂ ਲੋਕਾਂ ਨੂੰ ਮਾਰ ਕੇ ਸਹੀ ਕਰਾਂਗੇ ਹੁਣ? ਹਾਂਜੀ, ਮੈਂ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਰੱਖ ਰਹੀ ਹਾਂ ਜੀ। ਹਰ ਇੱਕ ਧੀ ਨੂੰ, ਹਰ ਇੱਕ ਬੱਚੇ ਨੂੰ ਆਪਣੀ ਪਸੰਦ ਦੇ ਨਾਲ ਮੈਰਿਜ ਕਰਵਾਉਣ ਦਾ ਹੱਕ ਹੈ। ਆਪਾਂ ਚਾਹੁੰਦੇ ਕਿ ਬੱਚਾ ਆਪਦੀ ਪਸੰਦ ਨਾਲ, ਪਰ ਉਹ ਆਪਾਂ ਇਹ ਵੀ ਮੰਨਦੇ ਹਾਂ ਕਿ ਮਾਪਿਆਂ ਦੇ ਨਾਲ ਗੱਲਬਾਤ ਕਰੀ ਜਾਵੇ ਤੇ ਮਾਪੇ ਇਹਦੇ ਵਿੱਚ ਸਾਂਝ ਪਾਉਣ। ਜੇ ਤੁਹਾਨੂੰ ਲੱਗਦਾ ਕਿ ਮੁੰਡਾ ਪਰਿਵਾਰ ਵਾਲੇ ਜਿਹੜੇ ਹੈਗੇ, ਮੁੰਡੇ ਦੇ ਪਰਿਵਾਰ ਵਾਲੇ ਜਾਂ ਮੁੰਡਾ ਸਹੀ ਹੈ, ਤੇ ਤੁਸੀਂ ਆਪਣੀ ਬੱਚੀ ਦੇ ਨਾਲ ਖੜੇ ਹੋ ਸਕਦੇ ਹੋ। ਇੱਥੇ ਉਸ ਬੱਚੀ ਦੇ ਨਾਲ ਜਦੋਂ ਉਹਨੇ ਮੈਰਿਜ ਕਰਵਾ ਲਈ ਹੈ, ਉਹਨੂੰ ਮਾਰਨ ਦੀ ਬਜਾਏ ਕੀ ਆਪਾਂ ਮੁੰਡੇ ਨੂੰ ਉਹ ਸਜ਼ਾ ਦਿੱਤੀ ਹੈ? ਕਿ ਮੁੰਡੇ ਨੂੰ ਉਹ ਸਜ਼ਾ ਮਿਲੀ ਹੈ ਬਰਾਬਰ ਦੀ? ਬਿਲਕੁਲ, ਕਿ ਉਹ ਕੱਲੀ ਤਾਂ ਨਹੀਂ ਗਈ ਸੀ ਨਾ, ਅਕਸਰ ਤਾਂ ਉਹਨੂੰ ਕਿਸੇ ਲੜਕੇ ਨੇ ਬੁਲਾਇਆ, ਉਹ ਤਾਂ ਹੀ ਗਈ ਹੈ ਨਾ। ਉਸ ਲੜਕੇ ਲਈ ਕੀ ਇਹਨਾਂ ਨੇ ਕੀਤਾ ਹੈ? ਫਿਰ ਉਹ ਲੜਕੇ ਲਈ ਸਜ਼ਾ ਕਿੱਥੇ ਗਈ? ਫਿਰ ਬਰਾਬਰੀ ਦੇ ਹੱਕ ਕਿੱਥੇ ਗਏ? ਨਾ ਨਾ ਬਿਲਕੁਲ ਮੈਮ, ਮੈਂ ਬਰਾਬਰੀ ਸਮਝੂਗਾ ਜਿਸ ਦਿਨ, ਮੈਂ ਇਹ ਨਹੀਂ ਚਾਹੁੰਦਾ ਕਿਸੇ ਨਾਲ ਇਹ ਚੀਜ਼ ਹੋਵੇ। ਪਰ ਆਪਾਂ ਜੇ ਆਪਾਂ ਇਹ ਖਬਰ ਪੜ੍ਹੀਏ ਨਾ ਆਉਂਦੇ ਸਮੇਂ 'ਚ, ਮੈਂ ਇਹ ਨਹੀਂ ਚਾਹੁੰਦਾ ਕਿ ਇਹ ਖਬਰ ਆਪਾਂ ਨੂੰ ਪੜ੍ਹਨ ਨੂੰ ਮਿਲੇ, ਪਰ ਕਿ ਹਾਂ ਗਲਤੀ ਮੁੰਡੇ ਨੇ ਕਰਨ ਤੇ ਪਿਓ ਨੇ ਉਹਨੂੰ ਮਾਰਿਆ, ਇਹ ਖਬਰ ਆਪਾਂ ਨੂੰ ਫਿਰ ਆਪਾਂ ਉੱਥੇ ਸਮਝ ਸਕਦੇ ਹਾਂ ਕਿ ਹਾਂਜੀ ਮੁੰਡੇ ਕੁੜੀ ਨੂੰ ਬਰਾਬਰ ਹੱਕ ਮਿਲ ਗਏ। ਬਿਲਕੁਲ ਜੀ ਬਿਲਕੁਲ, ਮੁੰਡੇ ਦੀਆਂ, ਮੈਂ ਇੱਥੇ ਸ਼ਾਇਦ ਸ਼ਬਦ ਗਲਤ ਵਰਤਾਂ, ਕਾਲੀਆਂ ਕਰਤੂਤਾਂ ਦੇ ਉੱਪਰ ਪਰਦੇ ਪਾਏ ਜਾਂਦੇ ਨੇ। ਉੱਥੇ ਸਿਰਫ ਇੱਕ ਉਹ ਜੈਂਡਰ ਦੀ ਜਿਹੜੀ ਵੱਖਰਤਾ ਹੈਗੀ ਹੈ, ਲਿੰਗ ਦੀ ਵੱਖਰਤਾ ਹੈਗੀ ਹੈ, ਉਹ ਦਿਖਾਈ ਜਾਂਦੀ ਹੈ ਕਿ ਇਹ ਮੁੰਡਾ ਹੈ, ਇਹ ਘਰ ਦਾ ਅੰਸ਼ ਹੈ, ਤੇ ਕੁੜੀ ਕੀ ਹੈ? ਬਿਲਕੁਲ ਬਿਲਕੁਲ ਮੈਮ, ਬਰਾਬਰਤਾ ਕਿਤੇ ਵੀ ਨਹੀਂ ਹੈ। ਬਿਲਕੁਲ, ਜਿਹਦੇ ਨਾਲ ਅੱਗੇ ਮਿਲ ਕੇ ਸ੍ਰਿਸ਼ਟੀ ਚੱਲ ਸਕਦੀ ਹੈ, ਤੁਸੀਂ ਉਹਨੂੰ ਹੀ ਮਾੜਾ ਕਹਿੰਦੇ ਹੋ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਬਿਲਕੁਲ, ਲੈ ਕੇ ਹੀ ਗੁਰਬਾਣੀ ਪੜ੍ਹਦੇ ਹਾਂ ਅਸੀਂ, ਬਹੁਤ ਕੰਧਾਂ ਤੇ ਲਿਖਿਆ ਹੋਇਆ ਪੜ੍ਹਦੇ, ਬਹੁਤ ਕੁਛ ਕਰਦੇ ਹਾਂ, ਪਰ ਇਹ ਹੋਇਆ ਕਿੱਥੇ ਹੈ? ਬਿਲਕੁਲ ਕਿਤੇ ਵੀ ਨਹੀਂ ਹੋਇਆ, ਇਹ ਕੰਧਾਂ ਤੇ, ਬੋਰਡਾਂ ਤੇ, ਇਹ ਸਭ ਕਿਤੇ ਲਿਖਿਆ ਗਿਆ। ਪਰ ਸਾਡੇ ਸਮਾਜ ਦੇ ਵਿੱਚ ਹੁਣ ਤਾਂ ਚਲੋ ਜਿਵੇਂ ਮਤਲਬ ਲੜਕੀਆਂ ਨੇ, ਔਰਤਾਂ ਨੇ ਅੱਗੇ ਆ ਰਹੀਆਂ ਨੇ, ਪਰ ਜੇ ਮੈਂ ਇੱਕ ਗੱਲ ਕਰਾਂ, ਪਿੰਡ ਦੀ ਸਰਪੰਚ ਜਿਹੜੇ ਦੀ ਔਰਤ ਹੋਵੇ ਨਾ, ਉਹ ਸਿਰਫ ਨਾਮ ਦੀ ਸਰਪੰਚ ਹੁੰਦੀ ਹੈ, ਫੈਸਲੇ ਉਹਦੇ ਘਰ ਵਾਲਾ ਲੈਂਦਾ, ਸਿਰਫ ਸਾਂਝ ਕਰਨ ਦੇ ਲਈ ਉਹਨੂੰ ਬੁਲਾਇਆ ਜਾਂਦਾ, ਬਾਕੀ ਸਾਰੇ ਕੰਮ ਨੇ। ਅੱਧੇ ਪਿੰਡ ਨੂੰ ਇਹ ਵੀ ਨੀ ਪਤਾ ਹੁੰਦਾ ਵੀ ਸਰਪੰਚ ਕੌਣ ਹੈ, ਵੀ ਇਹ ਬੰਦਾ ਹੈ ਕਿ ਇਹਦੀ ਘਰ ਵਾਲੀ ਸਰਪੰਚ ਹੈ। ਤੇ ਜੇ ਇਹ ਅਹੁਦਿਆਂ ਤੇ ਜਾ ਕੇ ਵੀ ਇਹਨਾਂ ਨੂੰ ਇਹ ਬਰਾਬਰਤਾ ਨਹੀਂ ਮਿਲਦੀ, ਤੇ ਫਿਰ ਆਪਾਂ ਤਾਂ ਜਿਹੜੀਆਂ ਆਮ ਲੜਕੀਆਂ, ਉਹਨਾਂ ਨੂੰ ਕਿੱਥੋਂ ਮਿਲੇਗੀ? ਇਹ ਸਾਡੀ ਸੋਚ ਉੱਥੇ ਖੜ ਚੁੱਕੀ ਹੈ, ਇਹ ਸੋਚ ਹਜੇ ਆਪਾਂ 21ਵੀਂ ਸਦੀ ਦੇ ਵਿੱਚ ਚੱਲ ਰਹੇ ਹਾਂ, ਪਰ ਸਾਡੀ ਸੋਚ ਹਜੇ ਵੀ ਪਿੱਛੇ ਹੈ। ਆਪਾਂ ਕਹਿ ਨਹੀਂ ਸਕਦੇ ਕਿ ਆਪਾਂ 21ਵੀਂ ਸਦੀ ਦੇ ਵਿੱਚ ਹਾਂ, ਕਿਉਂਕਿ ਕੁੜੀ ਨੂੰ ਬੋਲਣ ਦੇ ਲਈ ਤਾਂ ਅੱਜ ਵੀ ਦਬਾਇਆ ਜਾਂਦਾ, ਕੁੜੀ ਦੇ ਅੱਜ ਵੀ ਆਪਾਂ ਫੈਸਲਿਆਂ ਦੇ ਉੱਤੇ ਨਾਂਹ ਨੁੱਕਰ ਹੀ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦੇ ਹੋਣ। ਮੁੰਡਿਆਂ ਤੋਂ ਇਹ ਕੀਤੀ ਜਾਂਦੀ ਹੈ ਕਿ ਉਹਨੇ ਕੀ ਖਾਣਾ, ਕੀ ਪਾਉਣਾ, ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਈਵਨ ਕੀ ਮਤਲਬ
शायद मैं थोड़ी भद्दी शब्दावली भी वरत जावां क्योंकि यह मुद्दा ही कुछ ऐसे जिहा है। कित्थे कपड़े पाउणे ने ते कित्थे लाउणे ने, इत्थों तक भी मतलब कुड़ी दा बेगानिया द्वारा निश्चित किया जाता है। बिल्कुल जी बिल्कुल। बराबरता की है। अर्शमा मैं एक गल कहना चाहूंगी, चलो मनिया उस धी की बहुत वड्डी गलती सी, पर उन्होंने फादर साहब वालों एक बारी तो उस मुंडे वाले नाल गल करनी बनती सी, कोई अपने रिश्तेदार लिजा के कोई अपने सरपंचा पंचा लैके जाके उस मुंडे वाले ना गल करता भी जे साड़ी बेटी ने तुहाडे मुंडे नाल विआह करवा ही लिया है तो तुसीं उहनूं बिल्कुल जी, ਉਹ ਤਾਂ ਤੁਸੀਂ ਇਹ ਦੇਖੋ ਵੀ ਉਹ ਆਪਾਂ ਇੱਕ ਲੜਕੀ ਦੀ ਗੱਲ ਕਰ ਰਹੇ ਹਾਂ। ਹੁਣ ਮਣੀਪੁਰ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਉੱਥੇ ਕਿਸੇ ਦਾ ਕੋਈ ਬਿਆਨ ਨਹੀਂ ਆਇਆ, ਨਾ ਕੋਈ ਉੱਥੇ ਪੀਐਮ ਗਿਆ, ਨਾ ਕੋਈ ਉੱਥੇ ਰਾਸ਼ਟਰਪਤੀ ਗਿਆ, ਕੋਈ ਨਹੀਂ ਜਾ ਕੇ, ਕਿਸੇ ਨੇ ਜਾ ਕੇ ਨਹੀਂ ਹਾਲ ਦੇਖੇ। ਸਿਰਫ ਸਾਨੂੰ ਅਖਬਾਰਾਂ ਦੇ ਵਿੱਚ ਖਬਰ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ ਮਿਲ ਜਾਂਦੀ ਹੈ ਕਿ ਉੱਥੇ ਜੀ ਏਦਾਂ ਹੋ ਗਿਆ, ਜੀ ਏਦਾਂ ਹੋ ਗਿਆ। ਕਿਉਂ ਹੋ ਰਿਹਾ ਹੈ? ਉਹ ਕਿਤੇ ਜੱਗੋ ਤੇਰਵਾਂ ਤਾਂ ਰਾਜ ਹੈ ਨਹੀਂ, ਉਹ ਵੀ ਤਾਂ ਇਸੇ ਸਮਾਜ ਦਾ ਹੀ ਹਿੱਸਾ ਨੇ। ਜੇ ਉੱਥੇ ਇੰਨੀਆਂ ਘਟੀਆ ਘਟਨਾਵਾਂ ਹੋ ਰਹੀਆਂ ਨੇ ਤਾਂ ਕਿਉਂ ਹੋ ਰਹੀਆਂ ਨੇ? ਜਿਹੜੀਆਂ ਘਰਾਂ ਚੋਂ ਹੀ ਹੋ ਰਹੀਆਂ ਨੇ, ਕਈ ਬੱਚੀਆਂ ਨੇ ਜਿਹੜੀਆਂ ਆਪਣੇ ਬਾਪ ਦੇ ਵੱਲੋਂ ਹੀ ਬਲਾਤਕਾਰ ਹੋ ਰਹੀਆਂ ਨੇ, ਆਪਣੇ ਭਰਾਵਾਂ ਦੇ ਵੱਲੋਂ ਹੋ ਰਹੀਆਂ ਨੇ, ਆਪਣੇ ਰਿਸ਼ਤੇਦਾਰਾਂ ਦੇ ਵੱਲੋਂ ਹੋ ਰਹੀਆਂ ਨੇ, ਉਹਨਾਂ ਦੇ ਮੁੱਦੇ ਕਿੱਥੇ ਜਾਂਦੇ ਆ? ਜੇ ਕਿਤੇ ਇਹੀ ਸਰਿੰਦਰ ਕੌਰ ਜੀ ਦਾ ਸੀਗੀ ਰਿਸਰਚ, ਆਪਣੇ ਆਪ ਨੂੰ ਇਸ ਗੱਲ ਨੂੰ ਉਠਾਉਣ ਤਾਂ ਸ਼ਾਇਦ ਹੋ ਸਕਦਾ ਕਿਤੇ ਸੁਧਾਰ ਹੋ ਜਾਵੇ, ਪਰ ਉਹਨਾਂ ਨੂੰ ਡਰਾਇਆ ਜਾਂਦਾ ਹੈ ਜੀ, ਇਹ ਆਪਾਂ ਮੁੱਦੇ ਚੱਕ ਹੀ ਨਹੀਂ ਸਕਦੇ। ਸਾਡੀ ਇੱਜ਼ਤ ਇੱਜ਼ਤ ਦੇ ਨਾਮ ਤੇ ਉਹਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ ਕਿ ਸਾਡੀ ਇੱਜ਼ਤ ਖਰਾਬ ਹੋਊਗੀ। ਇੱਜ਼ਤ ਕਿੱਥੇ ਹੈ ਜਦੋਂ ਤੁਸੀਂ ਆਪਣੀਆਂ ਧੀਆਂ ਦੇ ਨਾਲ ਗਲਤ ਕੰਮ ਕਰਦੇ ਹੋ, ਉਦੋਂ ਇੱਜ਼ਤ ਕਿੱਥੇ ਹੁੰਦੀ ਹੈ? ਬਿਲਕੁਲ, ਉਦੋਂ ਵੀ ਤੁਹਾਨੂੰ ਇਸ ਗੱਲ ਦੇ ਵਿੱਚ ਅੱਗੇ ਆਉਣਾ ਚਾਹੀਦਾ ਕਿ ਆਪਣੇ ਜਿਹੜੇ ਬਾਪ ਇਹੋ ਜਿਹੇ ਕੰਮ ਕਰਦੇ, ਕੁਕਰਮ ਕਰਦੇ, ਉਹਨਾਂ ਨੂੰ ਕਿਹੜੀਆਂ ਸਜ਼ਾਵਾਂ ਮਿਲ ਰਹੀਆਂ ਨੇ? ਇਹ ਵੱਧਦੇ ਜਾ ਰਹੇ ਕ੍ਰਾਈਮ ਵੱਧਦੇ ਪਏ ਆ, ਘਟਦੇ ਨਹੀਂ ਪਏ। ਔਰਤਾਂ ਹਮੇਸ਼ਾ ਦਬਾਈਆਂ ਗਈਆਂ ਨੇ ਹਰ ਰੂਪ 'ਚ, ਚਾਹੇ ਉਹ ਧੀ ਹੋਵੇ, ਭੈਣ ਹੋਵੇ, ਮਾਂ ਹੋਵੇ। ਮਾਵਾਂ ਨੂੰ ਪੁੱਤ ਮਾਰੀ ਜਾਂਦੇ ਆ, ਨਸ਼ਿਆਂ ਦੀ ਇਹੋ ਜਿਹੀ ਚੱਲ ਰਹੀ ਹੈ ਲੱਤ, ਮਾਵਾਂ ਉਹਨਾਂ ਦੇ ਹੱਥੋਂ ਮਰ ਰਹੀਆਂ ਨੇ। ਔਰਤ ਤਾਂ ਹਰ ਰੂਪ ਦੇ ਵਿੱਚ ਮਰ ਰਹੀ ਹੈ ਜੀ, ਚਾਹੇ ਉਹ ਬੱਚੇ। ਇਹੀ ਹੋ ਰਿਹਾ ਮੈਮ ਕਿ ਸਿਰਫ ਆਪਾਂ ਨਾ ਆਪਾਂ ਸਿਰਫ ਸਹੀ ਗਲਤ ਤੇ ਹੀ ਚੁੱਪ ਆ, ਬਸ ਆਪਾਂ ਇਹ ਕਹਿ ਸਕਦੇ ਹਾਂ ਸਹੀ ਆ ਗਲਤ ਆ, ਕਿਸੇ ਕੋਲੇ ਵੀ ਹੱਲ ਨਹੀਂ ਹੈ ਇਹਨਾਂ ਦਾ, ਨਾ ਹੀ ਕੋਈ ਹੱਲ ਕਰਨਾ ਚਾਹੁੰਦਾ, ਸਿਰਫ ਇੱਕ ਸਹੀ ਗਲਤ ਕਹਿ ਕੇ ਆਪਦਾ ਹੱਕ ਉਹ ਨਿਭਾ ਕੇ ਤੇ ਅੱਗੇ ਤੁਰਦਾ ਬੰਦ ਹੈ। ਇੱਥੇ ਮੈਂ ਆਪਣੇ ਨਾਲ ਸੂਝਵਾਨ ਦੀਪ ਮੈਡਮ ਜੀ ਨੂੰ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਹੈ ਕਿ ਜਿਹੜੇ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਪੜ੍ਹੇ ਹੋਣਗੇ ਮੈਡਮ ਇਸ ਮੁੱਦੇ ਤੇ ਕਿੰਨੇ ਲੋਕ ਕਮੈਂਟ ਕਰ ਰਹੇ ਨੇ, ਉੱਥੇ ਹਜ਼ਾਰਾਂ ਦੇ ਵਿੱਚ ਜਿਹੜੇ ਕਮੈਂਟ ਨੇ ਉਹ ਸਿਰਫ ਇਹ ਕਹਿ ਰਹੇ ਆ ਕਿ ਹਾਂਜੀ ਬਿਲਕੁਲ ਸਹੀ ਕੀਤਾ, ਬਹੁਤ ਸਹੀ ਕੀਤਾ। ਕੀ ਉੱਥੇ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਉਹਨਾਂ ਨੂੰ ਕੋਈ ਸੁਝਾਅ ਦੇਣਾ ਬਣਦਾ ਹੈ ਜਾਂ ਉਹਨਾਂ ਨੂੰ ਪੁੱਛਣਾ ਬਣਦਾ ਹੈ, ਕਿ ਕੁਐਸਚਨ ਬਣਦਾ ਜਨਤਾ ਤੋਂ ਕਿ ਇਹ ਕੁੜੀ ਨੇ ਇੱਦਾਂ ਕਿਉਂ ਕੀਤਾ ਜਾਂ ਇਹਦਾ ਹੱਲ ਕੀ ਹੈ? ਆਪਾਂ ਨੂੰ ਇਹਦਾ ਹੱਲ ਲੱਭਣਾ ਬਣਦਾ, ਨਾ ਕਿ ਹੁਣ ਜੋ ਹੋ ਗਈ ਘਟਨਾ ਆਪਾਂ ਉਹਦੇ ਬਾਰੇ ਕੁਛ ਵੀ ਨਹੀਂ ਕਰ ਸਕਦੇ। ਆਪਾਂ ਉਸੇ ਮੁੱਦੇ ਨੂੰ ਉਲਝਾ ਰਹੇ, ਹਾਂਜੀ ਠੀਕ ਕੀਤਾ, ਸਿਰਫ ਆਪਦੀ ਪ੍ਰਧਾਨਗੀ ਦਿਖਾ ਰਹੇ ਆਪਾਂ। ਤਾਂ ਮੈਂ ਚਾਹੁੰਦਾ ਵੀ ਉੱਥੇ ਜੇ ਉਹ ਕੁਐਸਚਨ ਕਰਦੇ ਜਾਂ ਕੁਛ ਤਾਂ ਉੱਥੇ ਜ਼ਿਆਦਾ ਸਿੱਖਿਆ ਮਿਲਦੀ, ਬਲਾ ਕਿ ਇਹ ਕਹਿਣ ਦੇ ਕਿ ਹਾਂਜੀ ਠੀਕ ਕੀਤਾ, ਬਹੁਤ ਵਧੀਆ ਕੀਤਾ। ਗੁਰਮੀਤ ਜੀ ਤੁਸੀਂ ਬਹੁਤ ਵਧੀਆ ਮੈਨੂੰ ਜਿਹੜਾ ਹੈਗਾ ਸਵਾਲ ਕੀਤਾ ਹੈ। ਇੱਕ ਮੇਰੀ ਇੱਕ ਸੀਨੀਅਰ ਸਿਟੀਜ਼ਨ ਤੋਂ ਇੱਕ ਸਵਾਲ ਤੁਸੀਂ ਪੁੱਛ ਰਹੇ ਹੋ, ਉਹਦਾ ਜਵਾਬ ਮੈਨੂੰ ਬਹੁਤ ਸੋਚ ਵਿਚਾਰ ਕੇ ਦੇਣਾ ਬਣਦਾ। ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਪੁੱਛਿਆ ਕਿ ਆਪਾਂ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਇਸ ਗੱਲ ਨੂੰ, ਜਿਹੜੇ ਲੋਕਾਂ ਦੀ ਸੋਚ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਹਨਾ। ਪਹਿਲੀ ਗੱਲ ਤਾਂ ਆਪਾਂ ਨੂੰ ਆਪਣੀ ਹੀ ਸੋਚ ਠੀਕ ਕਰਨ ਨਾਲ ਮਤਲਬ ਹੈ, ਆਪਣੀ ਹੀ ਸੋਚ ਸਹੀ ਨਹੀਂ ਆਪਾਂ ਦੇ ਅੰਦਰ ਰੂੜੀਵਾਦੀ ਪੁਰਜੇ ਫਿੱਟ ਹੋਏ ਹੋਏ ਨੇ, ਆਪਣੇ ਖੂਨ ਚ ਰਲੇ ਹੋਏ ਨੇ, ਜਿਹੜੇ ਕਿ ਅਸੀਂ ਤੁਹਾਡੀ ਉਮਰ ਦੇ ਬੱਚਿਆਂ ਦੇ ਵਿੱਚ ਵੀ ਉਹੀ ਕੁਛ ਚੱਲਿਆ ਗਿਆ ਕਿ ਔਰ ਬੇਸ਼ੱਕ ਅੱਜ ਤੁਹਾਡੀ ਜਿਹੜੀ ਸੋਚ ਹੈ ਬਦਲੀ ਹੋਈ ਆ, ਤੁਹਾਡੀ ਸੋਚ ਟੋਟਲੀ ਤੁਸੀਂ ਪੁਰਾਣੇ ਸੰਸਕਾਰ ਲੈ ਕੇ ਚੱਲਦੇ ਹੋ, ਤੇ ਤੁਹਾਡੀ ਸੋਚ ਹੈ ਜਿਹੜੀ ਡਿਵੈਲਪ ਹੋਈ ਹੋਈ ਹੈ, ਕਲਟੀਵੇਟ ਹੈ ਤੁਹਾਡਾ ਦਿਮਾਗ, ਹੈ ਨਾ। ਪਰ ਅਸੀਂ ਲੋਕ ਕਲਟੀਵੇਟ ਹੁੰਦੇ ਹੋਏ ਅਜੇ ਵੀ ਲਿਹਾਜ਼ ਕਰਦੇ ਹਾਂ ਉਹਨਾਂ ਗੱਲਾਂ ਨੂੰ, ਮੰਨਦੇ ਹਾਂ, ਦੇਖਦੇ ਹਾਂ। ਸੋ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਨੌਜਵਾਨ ਜਿਹੜੇ ਨੌਜਵਾਨੀ ਹੈ ਉਹਨੂੰ ਬਹੁਤ ਕੁਛ ਸੋਚ ਕੇ ਚੱਲਣਾ ਪੈਣਾ ਹੈ। ਵਿਸ਼ਾ ਇਹ ਬਹੁਤ ਵੱਡਾ ਹੈ। ਮੈਂ ਜਿੱਥੋਂ ਤੱਕ ਉਹ ਬੰਦੇ ਨੇ ਸਿੱਧਾ ਹੀ ਕਾਰਵਾਈ ਕਰਤੀ, ਤੇ ਇੱਥੇ ਮੀਡੀਆ ਦੇ ਰੋਲ ਨੂੰ ਵੀ ਮੈਂ ਗਲਤ ਕਹਾਂਗੀ ਕਿ ਮੀਡੀਆ ਨੇ ਪੂਰੀ ਖਬਰ ਨਹੀਂ ਦਿੱਤੀ, ਤੇ ਉਹ ਅਲੱਗ ਗੱਲ ਹੈ, ਉਹ ਕਤਲ ਹੋਣ ਤੋਂ ਬਾਅਦ ਦੀ ਗੱਲ ਸੀ। ਤਾਂ ਮੈਂ ਤੁਹਾਡੀ ਗੱਲ ਤੇ ਆਈ ਜਾਂਦੀ ਹਾਂ ਕਿ ਲੋਕਾਂ ਨੇ ਇੱਕ ਪਾਸੜ ਜਵਾਬ
शाबाश, वेरी गुड, चंगा कीता। अणख, व्हाट डू यू मीन बाय अणख? अणख हुंदी है, अणख अणख वालियां गल्लां दे विच हुंदी है। तुसीं आप करी जाओ सारी जिंदगी ते इत्थे आके तुहाडी अणख अड़ गई है। और तुसीं जिहड़े उंगलियां कहिंदे उठा रहे हो, चार उंगलियां तुहाडे वाले वाले पासे भी, इह हमेशा तो कहावत बनी हुई है। चलो इत्थों भी मैं गल पासे जांदी हां। मां बाप ने जे जन्म दित्ता तां उहनां नूं जान लैण दा अधिकार नहीं है। परमात्मा दी दित्ती इक उत्तम बनाई हुई रचना हैगा मनुख, ठीक है, कुदरत दे नियमां दी उलंघना है। दूसरी गल इह है, हरेक कोई पुराने राजे हुंदे सी ना, किसी भी मुजरम सजा देण तों पहलां, सजा देण तों पहलां उहदा पुछदे सी तेरी आखरी इच्छा की। भाई असीं तां मां बाप हो गए, बिल्कुल जी, सानू भी मौका देना बनता है। एकदम थोड़ी भी तुसी सीधी गर्दन कट दो, ठीक है ना, ऐसा नहीं है। ये बहुत माड़ा कारा सी, पूछना बनता सी। एक पासे जे अणख दी तुसी गल करदे हो, हाँ मैं ये भी मानती हाँ, उत्थे मैं अपने संस्कारां नू विच लिया के मैं मानती हाँ ये गल कि अगलिया पीढ़ियां दे राहां च कंडे विच जांदे ने। जदों एक घर दे विच कोई इहो जी गल हुंदी है, आपां उस गल नूं मानदे हां, पर ये नहीं कि तुसी बच्चे नूं मौका भी ना दो, पुछो ना भी गल की सी, तू कित्थे सी, किन्ने दिन क्यों रही है, चाहे बुरा सलूक ही करदे पर मारना नहीं सी बनदा। दूसरी गल है भी आपां सोच नूं सोध किवें सकदे हां, ये जिहड़े लोक ऐ भी फजूल। सब तो पहली गल तां जे ये भीड़ ने, मॉब इज ऑलवेज फुलिश, तो तुसी एक डायलॉग जानते हो गए कि भीड़ हमेशा बिना दिमाग तो होंगी है, मूर्ख होंगी है। ये भीड़ वर्गे लोग ने जिहड़े वह कदे भी कोई सही स्टेटमेंट नहीं दे सकते। विच नूं विचारवान भी होंगे ने, समझदार भी होंगे ने। जिहड़े समझदार होंगे ने, वह दो पासे गल करते हैं, एक नहीं भी हाँ जी बहुत वधिया कीता, अणख की खातर ऐसा करना चाहिए सी। दूसरे कहते नहीं, नहीं मौका भी देना बनता सी, तुसी बुरा व्यवहार कर लेंगे मौका भी देना बनता सी, पुछते सी। सो इहदे लई जे तुसी मैतों पुछदे कि भी असी लोग की कर रहे हैं, एजुकेशन कहते सब तो ज्यादा सीधे राह पाउण वाली होंदी। स्कूलों ते कॉलेजिस दे विच सबजैक्ट लगे हुए ने नैतिकता दे पाठ पढ़ाउंदे, किताबां नालों वध बजुर्ग जां वड्डे ही जिहड़ी सोचां पाउंदे ने, समझाउंदे ने अपने बच्चे नूं हमेशा सीधे राह चलण लई कहिंदे ने। परंतु हुण ये पहले ही कोई लव मैरिज नहीं सी, जां पहला कोई इह नहीं सी, इस तरह बहुत दुनिया करदी है। लखां विच्चों कोई 10-15 इहो जिहे हुंदे ने जिहड़े इहो जिहियां गल्लां करदे, सारे क्यों नहीं करदे, ठीक है। तो इन्हां गल्लां दा हल तां इही है वी नौजवानां नूं दे नाल नाल जिवें असीं कहिंदे हां असीं बच्चिआं नूं सिखा रहे, नौजवानां नूं अपने बजुर्गां दे मनां च वी उह गल्लां समझाउणियां पैणियां, जिवें उहनां ने साडे जदों असीं बच्चे हुंदे सी, जदों पिछों इह पीढ़ी दर पीढ़ी गल्लां चलदियां आ रहियां परिवारां दे विच संस्कारां दीआं। तुहानूं नौजवानों ने भी एफर्ट करने पैने हैं। स्कूलों कॉलेजों की किताबां लगियां नैतिकता के नाल कुछ नहीं बनना, हुण तुहानूं एक तरीके ते सलीके नाल अपने वड्डियां नूं समझाउणा पैणा। सो यह मैनूं लगता है जिथों तक यह ही हल है, बाकी तुसीं समझदार हो बच्चे, तुहाडा तुहाडे ते आ। बिल्कुल मैम, धन्नवाद जी तुहाडा। तुहाडी गल दे नाल मैं एक गल इत्थे होर जोड़ना चाहुंदी हां कि औरत दे अंदर भी जज्बात हुंदे ने, ओहदे जज्बातां नूं मार के ओहनूं असीं किनारे करके असीं पेश कर रहे हां कि जो असीं चाहुंदे हां इह ओह करे, जो असीं कहांगे इह ओही करूगी, जिथे कहांगे कदम पुट तां पुटूगी, जिथे कहांगे कि पिछे कर कदम तां पिछे करूगी। सो किते ना किते औरत दे जिहड़े जज्बात ने, ओहदियां फीलिंग्स ने, उहनां नूं समझणा चाहीदा है। ਉਹਦੇ ਵਿੱਚ ਵੀ ਵਾਹਿਗੁਰੂ ਨੇ ਓਨਾ ਹੀ ਦਿਲ ਪਾਇਆ ਤੇ ਓਡਾ ਹੀ ਦਿਮਾਗ ਪਾਇਆ ਜਿੱਡਾ ਮਰਦ ਦੇ ਵਿੱਚ ਪਾਇਆ। ਸੋ ਅੱਜ ਵਾਲੀ ਜਿਹੜੀ ਚਰਚਾ ਹੈਗੀ ਹੈ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਵੀ ਸਮਝਣ ਦੀ ਲੋੜ ਹੈ, ਥੋੜਾ ਜਿਹਾ ਸਾਨੂੰ ਬੱਚਿਆਂ ਨੂੰ ਵੀ ਸਮਝਾਉਣ ਦੀ ਲੋੜ ਹੈ, ਥੋੜਾ ਜਿਹਾ ਸਾਨੂੰ ਸਾਡੇ ਤੋਂ ਵੱਡਿਆਂ ਤੋਂ ਸਮਝਣ ਦੀ ਵੀ ਤੇ ਸਮਝਾਉਣ ਦੀ ਲੋੜ, ਕਿਉਂਕਿ ਕਈ ਵਾਰ ਬਜ਼ੁਰਗ ਸਾਡੀ ਉਮਰ ਦੇ ਲੋਕਾਂ ਦੀ ਗੱਲ ਨਹੀਂ ਸੁਣਦੇ, ਉਹ ਕਹਿ ਦਿੰਦੇ ਆ ਵੀ ਹੁਣ ਸਾਨੂੰ ਬੁੱਢੇ ਬਾਰੇ ਆਹ ਗੱਲ ਤੁਸੀਂ ਸਿਖਾਓਗੇ। ਸੋ
उम्र के लिहाज नाल नहीं, सानू सीखने के लिए हमेशा तैयार रहना चाहिए, असीं तां ही अगे वध सकदे हां। सो अज वाली जिहड़ी विचार चर्चा हैगी है, ये मुक्क तां कदी सकदी, बिल्कुल। टाइम ये हाँ जी, हाँ बराबर जी, नहीं आ सकदी, मैं पर थोड़ा जे च ऐड करना चाहवांगा मैम, सॉरी तुहानू जरूर इंटरप्ट कीता, पर मैं यही नहीं चाहुंदा हां कि सिर्फ सही जां गलत कहण नालों चंगा है कि आपां बच्चियां नूं अवेयर करिए, बच्चियां नूं घर च जिहड़ियां कुड़ियां ने उहनां नूं बराबर दे हक देईए। तां मैं चाहुंदा कि इत्थे आपां इह वी कहीए अपने शो दे विच कि अगे तों जिहड़ी इह घटनावां ना वापरन, तां आपां स्कूलां च कॉलेजां च मैं बिल्कुल सारिआं नूं इक रिक्वेस्ट करना चाहुंदा कि बच्चियां नूं इन्ना क पढ़ाया जावे, उहनां नूं एजुकेट करना चाहिए चाहे कि वह बच्चे ये स्टेप चुकन ही ना। तो मैं नहीं चाहता कि यह जी घटना दोबारा फिर पंजाब दे विच या भारत या कितने भी वरते। तो आप चाहते हैं कि आप सारे रल मिल के बच्चों को अवेयर करिए, कुड़ियों को उन्होंने बराबर दे मिलते जो आप किताबा दिते ने वो आप कुड़ियों को राइट दे विच सही दे विच आप हक देिए, तो कुड़ियां अपने परिवार ना जुड़ के अपने परिवार के फैसलों नाल फैसले लैन, तो सब कुछ बिल्कुल सही चले। जिदा का पंजाब पहला सी सोने की चिड़ी, तो उदा का सोने की चिड़ी पंजाब हमेशा बनिया रहे। तो आप बल्कि किसी को सजा देने दे नालों उन्होंने समझाइए, तो बच्चों को जो अवेयर करिए, तो मेरे हिसाब नाल उन्होंने मारन दे नालों ये वधिया तरीका है कि आप उन्होंने समझा सकते हैं, उन्होंने सही राह पा सकते हैं। बहुत धन्यवाद। बिल्कुल जी, जे असी अधिकार लेने ने तां असी हक देण दी वी गल करिए, असी हाँ जी, सिर्फ लेना ही नहीं असी देना भी है। सो ये बराबर चलना चाहिए, अधिकार भी मिलने चाहिए ने, हक भी, सो ये बराबर चीज चलनी चाहिए। हाँ जी मनदीप जी, तुसी बिल्कुल कुछ कहना चाह रहे बिल्कुल जी। मैं इतने बच्चों के लिए भी कहना चाहूंगी, चाहे वह कुड़ी है चाहे वह मुंडे है, उन्होंने भी जदों कोई यहोजी वो लगता है कि वह गलती करन जा रहे हैं, वो जरूर अपने मापिया नाल पहलों इस गल बारे जरूर गल खोलन, उन्हां नाल विचार सांझे करन, उन्हां दी सहमति नाल लव मैरिज हुंदियां आईयां ने जी, उहदे च परिवार की सहमति होनी बहुत जरूरी है, तां जो बच्चे सारी उम्र के लिए अपने मापिया के मिलन वरतन जोगे रह जाए। बिल्कुल जी बिल्कुल, क्योंकि जितने अपने मापिया नाल खुल के गल करन, डरन की बजाय जे आपां उन्हां दे नाल इक गल करांगे, इक दोस्तां दे वांग मां प्यो नाल गल करांगे, तां हो सकदा कि अपने मापे आपां नूं समझन। बिल्कुल, थोड़ा जिहा मापिया नूं भी चाहिए कि वो एटमोसफियर ही वातावरण ही उदां दा बना के रखन जिथे बच्चा अंदर ही अंदर ना घुटे, वो गल अपनी रख सके उन्हां दे सामने। सो वाली जिहड़ी विचार चर्चा है ओहदे विच थोड़ा मैं दोहां दा ही बहुत बहुत धन्नवाद करना चाहनी हां कि एदे लई थोड़ा जिहड़ा साथ है वो बहुत जरूरी सी। सो मैं धन्नवाद करदी हां जी थोड़ा दोहां दा ही, और जे वेलकम। मेरे बोलदिया वध घट बोलिया गया होवे तां मैं माफी चाहनी हां, क्योंकि अज वाला विशा ही कुछ इहो जिहा सी जिहदे उत्ते बोलदिया कई बार सानूं पता नहीं लगदा कि असीं की बोल रहे हां। सो गुजारिश है दर्शकों नूं भी, जे कुछ गलती नाल भी गलत बोलिया गया होवे तां माफ करियो। और एक गुजारिश मेरी होर है कि साडे रंग FM चैनल नूं सबसक्राइब करियो, वीडियो नूं लाइक ते शेयर जरूर करियो। धन्नवाद जी, धन्नवाद जी थोड़ा दोहां का भी। धन्यवाद।